ਪੰਜਾਬ ਵਿੱਚ 30 ਅਪ੍ਰੈਲ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਅਤੇ ਪੀਪਲਸ ਪਾਰਟੀ ਆਫ ਪੰਜਾਬ ਦਰਮਿਆਨ ਅੱਜ ਰਸਮੀ ਤੌਰ ਤੇ ਸਮਝੌਤਾ ਹੋ ਗਿਆ ਹੈ। ਇਸ ਸਮਝੌਤੇ ਤਹਿਤ ਹੁਣ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਨਾਲ ਸਾਂਝੇ ਤੌਰ ਤੇ ਬਠਿੰਡਾ ਲੋਕ ਸਭਾ ਹਲਕਾ ਤੋਂ ਚੋਣ ਲੜਨਗੇ। ਲੋਕ ਸਭਾ ਚੋਣਾਂ ਨੂੰ ਲੈ ਕੇ ਜਤਾਈਆਂ ਜਾ ਰਹੀਆਂ ਸੰਭਾਵਨਾਵਾਂ ਆਖਰ ਉਦੋਂ ਖਤਮ ਹੋ ਗਈਆਂ ਜਦ ਪੰਜਾਬ ਵਿੱਚ ਕਾਂਗਰਸ ਪਾਰਟੀ ਅਤੇ ਪੀਪਲਸ ਪਾਰਟੀ ਆਫ ਪੰਜਾਬ ਵਿਚਕਾਰ ਇਕਲੌਤੀ ਸੀਟ ਬਠਿੰਡਾ ਨੂੰ ਲੈ ਕੇ ਸਮਝੌਤਾ ਹੋ ਗਿਆ। ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇਸ ਗੱਠਜੋੜ ਦਾ ਰਸਮੀ ਐਲਾਨ ਕਰਦੇ ਹੋਏ ਮਨਪ੍ਰੀਤ ਸਿੰਘ ਬਾਦਲ ਦਾ ਸਵਾਗਤ ਵੀ ਕੀਤਾ। ਕਾਂਗਰਸ ਤੇ ਪੀਪੀਪੀ ਦਾ ਇਹ ਪਾਰਟੀ ਦੀ ਸੈਂਟਰਲ ਲੀਡਰਸ਼ਿਪ ਦੇ ਆਸ਼ੀਰਵਾਦ ਨਾਲ ਹੋਇਆ ਤੇ ਲੰਬਾ ਟਾਈਮ ਹੈ ਚੱਲਣਾ। ਦਿਸ ਇਜ਼ ਨੋਟ ਇਹ ਕੋਈ ਸ਼ਾਰਟ ਟਰਮ ਹੈ ਨਹੀਂ, ਲੰਬਾ ਟਾਈਮ ਚੱਲੇਗਾ ਤੇ ਇਹਦੇ ਰਿਜ਼ਲਟ ਵੀ ਤਾਂ ਨਿਕਲਣਗੇ। ਇੱਥੇ ਮੇਰੇ ਛੋਟੇ ਵੀਰ ਸਾਹਿਬ ਗੁਰਪ੍ਰੀਤ ਸਿੰਘ ਪੱਟੀ ਜੀ ਵੀ ਬੈਠੇ ਨੇ, ਮੈਂ ਉਹਨਾਂ ਨੂੰ ਵੀ ਵੈਲਕਮ ਕਰਨਾ ਕਿਉਂਕਿ ਉਹਨਾਂ ਦਾ ਵੀ ਇੱਕ ਬਹੁਤ ਇੰਪੋਰਟੈਂਟ ਰੋਲ ਸੀ ਇਹ ਸਾਰੇ ਕੰਮ ਦੇ ਵਿੱਚ। ਮਨਪ੍ਰੀਤ ਸਿੰਘ ਬਾਦਲ ਨੇ ਇਸ ਗੱਠਜੋੜ ਦੀ ਸ਼ੁਰੂਆਤ ਆਪਣੇ ਪੁਰਾਣੇ ਅੰਦਾਜ਼ ਵਿੱਚ ਸ਼ਾਇਰੋ ਸ਼ਾਇਰੀ ਨਾਲ ਕਰਦਿਆਂ ਕਿਹਾ ਕਿ ਸੂਬੇ ਅੰਦਰ ਫਿਰਕੂ ਤਾਕਤਾਂ ਨੂੰ ਭਜਾਉਣ ਲਈ ਹਮ ਖਿਆਲੀ ਪਾਰਟੀਆਂ ਨਾਲ ਸਮਝੌਤਾ ਕਰਨਾ ਬਹੁਤ ਜ਼ਰੂਰੀ ਸੀ। ਉਹਨਾਂ ਕਿਹਾ ਕਿ ਇਸ ਗੱਠਜੋੜ ਲਈ ਖੱਬੀ ਧਿਰ CPI ਵੀ ਜਲਦ ਆਪਣੇ ਪੱਤੇ ਖੋਲ ਸਕਦੀ ਹੈ। ਉਨਕੋ ਮਨਾਨੇ ਮੇ ਉਨਕੇ ਪਾਸ ਜਾਣੇ ਮੇ ਫਿਰ ਮੁਸਕੁਰਾਨੇ ਮੇ ਮੈਂ ਦੇਰ ਕਰ ਦਿੱਤਾ ਹੂੰ, ਦੇਰ ਹੋ ਗਈ ਹੈ ਪਰ ਚਲੋ ਹੋ ਗਿਆ ਮਿਲਨੇ ਸੋ ਨਿਹਾਇਤ ਖੁਸ਼ੀ ਔਰ ਮੁਸਰਤ ਦਾ ਮੁਕਾਮ ਹੈ ਕਿ ਜਿਸ ਮਕਸਦ ਨੂੰ ਪੀਪਲ ਪਾਰਟੀ ਲੈ ਕੇ ਚੱਲੀ ਸੀ ਉਸ ਮਕਸਦ ਦੀ ਜਾਨਬ ਅੱਜ ਕਾਂਗਰਸ ਅਤੇ ਪੀਪਲ ਪਾਰਟੀ ਦਾ ਇੱਕ ਇਲੈਕਸ਼ਨ ਅਲਾਇੰਸ ਔਰ ਜਿਸ ਤਰ੍ਹਾਂ ਬਾਜਵਾ ਸਾਹਿਬ ਨੇ ਕਿਹਾ ਕਿ ਇੱਕ ਦੇਰ ਤੱਕ ਚੱਲਣ ਵਾਲਾ ਇਲੈਕਸ਼ਨ ਅਲਾਇੰਸ ਹੈ। ਆਈ ਥਿੰਕ ਸਾਰਿਆਂ ਦੇ ਮਨ ਦੇ ਵਿੱਚ ਇੱਕੋ ਹੀ ਕੁਐਸਚਨ ਹੋਏਗਾ ਕਿ ਫਿਰ ਕਾਂਗਰਸ ਨੇ ਅਲਾਇੰਸ ਕਿਉਂ ਕੀਤਾ, ਵਾਈ ਡਿਡ ਪੀਪਲ ਪਾਰਟੀ ਹੈਵ ਟੂ ਅਲਾਈ ਮੇਕ ਐਨ ਅਲਾਇੰਸ ਵਿਦ ਦ ਕਾਂਗਰਸ ਪਾਰਟੀ। ਇਹਦੀਆਂ ਤਿੰਨ ਵਜ੍ਹਾ ਸੀਗੀਆਂ। ਸਭ ਤੋਂ ਪਹਿਲੀ ਵਜ੍ਹਾ ਤਾਂ ਇਹ ਸੀ ਕਿ ਪੰਜਾਬ ਦੇ ਵਿੱਚ ਜੋ ਜ਼ਾਲਮਾਨਾ ਨਿਜ਼ਾਮ ਜਿਹੜਾ ਅੱਜ ਚੱਲ ਰਿਹਾ ਹੈ, ਜੋ ਮਾਫੀਆ ਦਾ ਨਿਜ਼ਾਮ ਜਿਹੜਾ ਚੱਲ ਰਿਹਾ ਹੈ, ਜਿਹਨੇ ਪੰਜਾਬ ਦਾ ਨੱਕ ਜਿਹੜਾ ਮਿੱਟੀ ਦੇ ਵਿੱਚ ਮਲ ਕੇ ਰੱਖ ਦਿੱਤਾ ਹੈ, ਉਸ ਨਿਜ਼ਾਮ ਦਾ ਖਾਤਮਾ ਜਿਹੜਾ ਹੈ ਉਹ ਨਿਹਾਇਤ ਜ਼ਰੂਰੀ ਹੈ ਔਰ ਕਿਸੇ ਵੀ ਕੀਮਤ 'ਤੇ ਇਸ ਨਿਜ਼ਾਮ ਨੂੰ ਬਦਲਣਾ ਹੈ। CPI ਦੀ ਕੱਲ੍ਹ ਸੈਂਟਰਲ ਲੀਡਰਸ਼ਿਪ ਦੀ ਬੈਠਕ ਹੋਈ ਔਰ ਉਹਨਾਂ ਨੇ CPM ਵਾਜ਼ ਨੋਟ ਇੰਟਰਸਟਿਡ ਇਨ ਬਿਕੋਜ਼ ਇਹਨਾਂ ਦੀਆਂ ਜਿਹੜੀਆਂ ਨੈਸ਼ਨਲ ਪਾਰਟੀਜ਼ ਹੈ ਇਹਨਾਂ ਦਾ ਨੈਸ਼ਨਲ ਲੈਵਲ 'ਤੇ ਕਿਉਂਕਿ ਕਾਂਗਰਸ ਨਾਲ ਕੋਈ ਗੱਠਜੋੜ ਨਹੀਂ ਸੀਗਾ। CPM ਵਾਜ਼ ਰਿਲੈਕਟੈਂਟ ਟੂ ਜੁਆਇਨ ਦ ਕਾਂਗਰਸ ਇਨ ਪੰਜਾਬ ਬਿਕੋਜ਼ ਆਫ ਕੰਪਲਸ਼ਨਸ ਐਟ ਦ ਸੈਂਟਰਲ ਲੈਵਲ। CPI ਦੇ AB ਬਰਦਨ ਐਂਡ ਸ਼ਮੀਮ ਫਿਆਜ਼ੀ ਜਿਹੜੇ ਉਹਨਾਂ ਦੇ ਸੈਂਟਰਲ ਲੀਡਰਸ਼ਿਪ ਹੈ, ਮੈਂ ਉਹਨਾਂ ਨੂੰ ਮਿਲਿਆ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਯੂ ਇਨੀਸ਼ੀਏਟ ਟਾਕਸ ਵਿਦ ਦ ਕਾਂਗਰਸ ਔਨ ਸੀਟ ਸ਼ੇਅਰਿੰਗ। ਆਈ ਟੋਲਡ ਦੈਮ ਯੂ ਕਮ ਅਲੋਂਗ ਵਿਦ ਮੀ, ਦੇ ਸੈਡ ਨੋ, ਵੀ ਵਿਲ ਆਥੋਰਾਈਜ਼ ਯੂ ਪਰਸਨਲੀ ਟੂ ਗੋ ਐਂਡ ਸਪੀਕ ਟੂ ਦੈਮ। ਦੇ ਵਰ ਵੈਰੀ ਪੋਜ਼ੀਟਿਵ ਕਿ ਆਪਾਂ ਨੂੰ ਦੋ ਕਮਿਊਨਲ ਪਾਰਟੀਜ਼ ਨੂੰ ਰੋਕਣ ਵਾਸਤੇ ਜੇ ਪੰਜਾਬ ਦੇ ਵਿੱਚ ਐਕਸੈਪਸ਼ਨ ਵੀ ਕਰਨਾ ਪਵੇ। ਔਰ ਉਹਨਾਂ ਨੇ ਇੱਕ ਮੈਨੂੰ ਇਗਜ਼ਾਮਪਲ ਦਿੱਤਾ ਕਿ ਇੱਕ ਵਾਰੀ ਮਨੀਪੁਰ ਦੇ ਵਿੱਚ ਸਿਮਿਲਰ ਸਿਚੁਏਸ਼ਨ ਵੈਰ CPI ਵਾਜ਼ ਨੋਟ ਇਨ ਅਲਾਇੰਸ ਵਿਦ ਦ ਕਾਂਗਰਸ ਔਨ ਦ ਨੈਸ਼ਨਲ ਲੈਵਲ, ਬਟ ਇਨ ਮਨੀਪੁਰ ਦੇ ਮੇਡ ਐਨ ਐਕਸੈਪਸ਼ਨ, ਦੇ ਸੈਡ ਦੇ ਵਿਲ ਬੀ ਵਿਲਿੰਗ ਟੂ ਮੇਕ ਐਨ ਐਕਸੈਪਸ਼ਨ। A meeting of the CPI central leadership took place yesterday. I spoke to Dr. Joginder Dayal and Hardev Varshi. They have authorized the Punjab unit of CPI to make an independent call, and I think within 2 days CPI will let their decision be known to the Congress High Command. So that is where things stand. When the negotiations were going on, us vele the Congress had offered the Faridkot Lok Sabha seat to the CPI. ਇਹਦਾ ਫੈਸਲਾ ਅਗਲੇ 2 ਦਿਨਾਂ 'ਚ CPI ਕਰਕੇ ਦੱਸੇਗੀ। ਦ ਪ੍ਰੈਸ ਕਾਨਫਰੰਸ ਟੁੱਕ ਪਲੇਸ ਟੂਡੇ ਬਿਕੋਜ਼ ਵੀ ਵਰ ਐਕਚੁਲੀ ਗੈਟਿੰਗ ਲੇਟ, ਯੂ ਨੋ, ਐਂਡ ਦ ਕੈਂਪੇਨ ਹੈਜ਼ ਟੂ ਸਟਾਰਟ ਐਂਡ ਦ ਕੈਂਪੇਨ ਕੈਨੋਟ ਸਟਾਰਟ ਟਿਲ ਯੂ ਨੋ ਦ ਅਲਾਇੰਸ ਵਿਦ PPP ਇਜ਼ ਸੀਲਡ। ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਦੇ ਦਿਨ ਥੋੜ੍ਹੇ ਰਹਿ ਗਏ ਨੇ। ਉਹਨਾਂ ਇਹ ਵੀ ਕਿਹਾ ਕਿ ਇਸ ਗੱਠਜੋੜ ਨੂੰ ਲੈ ਕੇ ਕਾਂਗਰਸ ਵਿੱਚ ਵੀ ਕੋਈ ਇਤਰਾਜ਼ ਨਹੀਂ ਹੈ ਅਤੇ ਖੁਦ ਸਾਬਕਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਸੀਟ ਲਈ ਆਸ਼ੀਰਵਾਦ ਦਿੱਤਾ ਹੈ। ਬਠਿੰਡਾ ਦੀ ਪਾਰਲੀਮੈਂਟ ਸੀਟ ਜਿਹੜੀ ਹੈ ਉਹ ਸਾ ਮਨਪ੍ਰੀਤ ਸਿੰਘ ਜੀ PPP ਵੱਲੋਂ ਹੀ ਵੁੱਡ ਦੀ ਕੈਂਡੀਡੇਟ, ਹੀ ਵੁੱਡ ਬੀ ਦੀ ਕੈਂਡੀਡੇਟ ਐਂਡ ਹੋਲ ਹਾਰਟਡਲੀ ਦ ਕਾਂਗਰਸ ਇਜ਼ ਗੋਇੰਗ ਟੂ ਸਪੋਰਟ ਹਿਮ। ਸਾਰੀ ਬਾਕੀ 12 ਸੀਟਾਂ ਦੇ ਉੱਤੇ
कांग्रेस के कैंडिडेट्स कंटेस्ट करेंगे तो पीपीपी उत्थे उस तरह ही जिस तरह ओवरवेलमिंग सपोर्ट साढ़े सारा काडर जोड़ा है बठिंडे देगा उस तरह ही इन्हों का काडर समुचे पंजाब दे विच कांग्रेस के बाकी कैंडिडेट्स नूं सपोर्ट करेगा। दीज आर द मोडैलिटीज जिहड़ियां अजे तक तय। इस दौरान विरोधी धिर के नेता सुनील कुमार जाखड़ ने इस गठजोड़ का स्वागत किया। अकाली सरकार नूं माफिया की सरकार करार देंदे हुए कहा कि गठजोड़ नाल पंजाब नूं फिरकू ताकतों तो राहत मिलेगी। असी मिलके इस सरकार की गलत नीतियां के खिलाफ एक जिहड़ा अभियान चलाने जा रहे हैं उहदे विच मैं समझदा वी साडे सारयां दा दे वी सिनर्जी ऑफ एफर्ट्स वी पिछली बारी जिस तरह साडे आपस च वोटां दे फर्क पैण कारण ईवन इन स्पाइट ऑफ द फैक्ट भी इन्नी वोटां लै के भी इन लोगों ने पंजाब के उत्ते फिर तो 5 साल वास्ते इन्हां नूं अपनी गलत नीतियां उन्हां नूं फॉलो करन दा मौका मिलिया। हुण लोक सभा का जदों इलैक्शन साडे सिर दे उत्ते है तो पंजाब के लोगों के विच सही मैसेज लैके जा सकीए। इस ताकत के नशे के विच अन्नी हुई सरकार जिन्हें एको एक जिहड़ा इन्हां दा मेन एफर्ट है असी पहला भी आ गल कह चुके हैं ड्यूरिंग द असेंबली इलेक्शन ऑलसो उहदे बाद भी इन्हां दा एक जिहड़ा एजेंडा है जिहदे तहत चलदे हुए इन्होंने क्रिमिनल इकोनोमी दा जिहड़ा इन्होंने पंजाब के अंदर प्रचार ते प्रसार किया है जिहदे तहत पंजाब के अंदर नशियां दे उत्ते लीकर माफिया लैंड ग्रैब माफिया इस किस्म के जिहड़े लोग इन्हां धंधियां दे विच शामिल ने उन्हां लोकां दी ना सिर्फ पैरोकार करन वाली सरकार बल्कि उस तरीके नाल प्राप्त किए गए पैसों के उत्ते स्थापित आ सरकार उस पैसे की दुरवरतों करके लोगों की भावनावां लोगों के लोकतंत्र के उत्तर जिस किस्म का आकाण कर रहे हैं उहदे खिलाफ मैं समझदा भी साडा एक मुहिम चला के असी लोगों नूं सही मैसेज पहुँचा के इस आने वाली लोक सभा दे इलैक्शन विच सरकार नूं सही शीशा दिखा सकीए। पंजाब अंदर बने इस नवे गठजोड़ नाल की सियासी समीकरण बदलणगे ये तो समा ही दसेगा, पर लोक सभा चोणां खास करके बठिंडा लोक सभा सीट होर दिलचस्प बन गई है जिथे एक बार फिर बादल खानदान आपस में ही सियासी मैदान में है। इस सीट उत्ते बादल परिवार ही जितेगा और बादल परिवार ही हारेगा। चंडीगढ़ तो कैमरामैन मुकेश पांडे और पत्रकार जगतार सिंह पुलर के नाल जर्मनजीत सिंह रंधावा डे नाइट न्यूज़। खबरों की दुनिया में आओ साडे नाल कदे भी ते कितों भी जुड़ो। आपां मिलांगे फेसबुक ते, असीं दिखांगे यूट्यूब ते, सानू फॉलो करो ट्विटर ते। खबरां नाल जुड़े रहो दिन रात।